ਪੰਜਾਬ ਦੇ ਸਾਡੇ ਸੂਫੀ ਸ਼ਾਇਰਾ ਨੇ ਵਾਦਤ ਦੀ ਤੋਹੀਦ ਦੀ ਇੱਕ ਰੱਬ ਦੀ ਇੱਕ ਰੱਬ ਦੀ مخلوਕ ਦੀ ਰੱਬ ਨਾਲ ਪਿਆਰ ਕਰਨ ਦੀ ਜਿਹੜੀ ਹੈ ਉਹ तकरीबन ਸਭ ਸ਼ਾਇਰਾ ਨੇ ਆਪਣੇ ਆਪਣੇ ਆਰਫਾਨਾ ਕਲਾਮ ਦੇ ਵਿੱਚ ਜਿਹੜਾ ਕਲਾਮ ਮਰਫਤ ਦਾ ਭਰਿਆ ਹੈ ਉਹਦੇ ਚ ਗੱਲ ਕੀਤੀ ये हजरत बाबा जी फ्री शकर शाह हुसैन माधो लाल हजरत सुल्तान बहू सरकार हजरत बुले शाह हजरत मियाँ वारस शाह या सैयद वारस शाह सरकार हजरत मियाँ मोहम्मद बश् खाजा गुलाम फरीद आशम शाह मौलवी गुलाम रसूल जी इन्ह सारे ने वत वाले पासे ਔਰ ਤੋਹੀਦ ਵਾਲੇ ਪਾਸੇ ਲੋਕਾਂ ਨੂੰ ਉਹਨਾਂ ਦੀ ਲੋਕਾਂ ਦੀ ਜਿਹੜੀ ਤوجਹ ਹੈ ਉਹ 모ੜਨ ਦੀ ਬਹੁਤ ਜ਼ਿਆਦਾ ਗੱਲ ਕੀਤੀ ਕਾਫੀ ਸਾਰੀ ਅ ਬਲਕਿ ਅਸਲ ਦੇਖਿਆ ਜਾਵੇ ਤੇ ਇਹ ਮੌਜੂ ਹੀ ਇੱਕ ਜਿਹੜਾ ਨਾ ਉਹ ਰੱਖਿਆ ਗਿਆ ਬੁੱਲੇ ਸ਼ਾਹ ਦੀ ਸਾਰੀ ਜਿਹੜੀ ਸ਼ਾਇਰੀ ਹੈ ਉਹਨੂੰ ਮੀਆਂ ਸਾਹਿਬ ਨੇ ਇੱਕ ਸ਼ੇਰ ਵਿੱਚ ਜਿਹੜਾ ਬਿਆਨ ਫਰਮਾਇਆ ਉਹ ਵਾਦਤ ਦੀ ਗੱਲ ਕੀਤੀ ਹੈ ਕਿ ਆਪਦੀ ਕਾਫੀਆਂ ਦੇ ਵਿੱਚ ਉਹਨੂੰ ਪੜ੍ਹ ਕੇ ਉਹਨਾਂ ਕਾਫੀਆਂ ਸੁਣ ਕੇ ਬੰਦੇ ਦੇ ਵਿੱਚ ਜਿਹੜਾ ਕਫਰ ਹੈ ਕਫਰ ਕੀ ਹੈਗਾ ਕਫਰ ਮੀਨ ਰੱਬ ਨੂੰ ਜਾਂ ਰੱਬ ਦੀ ਨਾਮ ਮੰਨਣਾ ਇਹਨੂੰ ਕਫਰ ਕਹਿੰਦੇ ਆ ਸੀ ਇੱਕ ਤਰ੍ਹਾਂ ਰੱਬ ਨੂੰ ਨਾਮ ਮੰਨਣਾ ਮੁਨਕਰ ਹੋਣਾ ਜੀ ਕਾਫਰ ਹੈ ਹੁਣ ਉਹਨੂੰ ਤੁਸੀਂ ਕਿਹੜੇ ਖਾਤੇ ਪਾਓਗੇ ਜੇ ਰੱਬ ਨੂੰ ਤਾਂ ਮੰਨਦਾ ਪਰ ਰੱਬ ਦੀਆਂ ਗੱਲਾਂ ਨੂੰ ਨਹੀਂ ਮੰਨਦਾ ਮਸਲਨ ਰਜ਼ਕ ਰਵਦਾ ਜ਼ਮੀਨ ਰਵਦੀ ਹੈ। ਔਰ ਜਿਹੜੇ ਲੋਕ ਜ਼ਮੀਨ ਨੂੰ ਡਾ ਰਹੇ ਨੇ, ਮਿਹਨਤ ਕਰ ਰਹੇ ਨੇ। ਉਹਨਾਂ ਨੇ ਰਜ਼ਕ ਤੇ ਆ ਕੇ ਜੋ ਲੋਕ ਡਾਕਾ ਮਾਰਦੇ ਨੇ। ਔਰ ਬਾਅਦ ਚ ਆਪਣੇ ਗੋਦਾਮਾਂ ਚ ਗੋਦਾਮਾਂ ਨੂੰ ਭਰ ਕੇ ਉਸ ਗਰੀਬ ਦੇ ਬਾਲ ਨੂੰ ਭੁੱਖਿਆ ਤਰਸਾਉਂਦੇ ਨੇ। ਜਾਂ ਮਖਲੂਕ-ਏ-ਖੁਦਾ ਨੂੰ। ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਉਹ ਬੰਦਾ ਰੱਬ ਨੂੰ ਮੰਨਦਾ ਹੈ। ਮੇਰੀ ਤਾਂ ਸਮਝ ਚੋਂ ਬਾਹਰ ਹੈ। ਕਿ ਰੱਬ ਦੀ مخلوਕ ਨਾਲ ਨਫ਼ਰਤ ਕਰਕੇ ਰੱਬ ਦੀ مخلوਕ ਨਾਲ ਧੋਖਾ ਕਰਕੇ ਰੱਬ ਦੀ مخلوਕ ਦੇ ਉਸ ਹੱਕ ਨੂੰ ਮਾਰ ਕੇ ਬੰਦਾ ਕਹੇ ਜੀ ਮੈਂ ਰੱਬ ਨੂੰ ਮੰਨਦਾ ਇਹ ਗੱਲ ਜਿੱਚਦੀ ਨਹੀਂ ਹੈਗੀ ਹਜ਼ਰਤ ਮੀਆਂ ਸਾਹਿਬ ਨੇ ਜਿਵੇਂ ਬੁੱਲੇ ਸ਼ਾਹ ਦੇ ਬਾਰੇ ਚ ਕਿਹਾ ਹੈ ਨਾ ਕਿ ਬੁੱਲੇ ਸ਼ਾਹ ਦੀ ਕਾਫੀ ਸੁਣ ਕੇ ਟੁੱਟਦਾ ਕਫਰ ਅੰਦਰ ਦਾ ਵਾਦਤ ਦੇ دریاਵੇ ਅੰਦਰ ਉਹ ਵੀ ਵਤਿਆ ਤਰਦਾ ਵਤਿਆ ਤਰਦਾ ਜਾ ਰਿਹਾ ਹੈ دریا ਵਾਦਤ ਦਾ ਜਾ ਰਿਹਾ ਹੈ ਚਾਰੋਂ ਪਾਸਿਓਂ ਦਰਿਆ ਐ ਬਹਿਰਿਆ ਵਾਦਤ ਦਾ ਦਰਿਆ ਰੱਬ ਦੇ ਨਾਲ ਇਸ਼ਕ ਦਾ ਦਰਿਆ ਐਸਾ ਦਰਿਆ ਜਿਹਦੇ ਵਿੱਚ ਜੜੀਆਂ ਬਕੌਲ ਹਜ਼ਰਤ ਮੀਆਂ ਸਾਹਿਬ ਦੇ ਕਿ ਵਾਦਤ ਦਾ ਦਰਿਆ ਵਡੇਰਾ ਜਾਂ ਮੋਜਾਂ ਵਿੱਚ ਆਵੇ ਡਾਬਾਂ ਵਖਰੀਆਂ ਬਨ ਢੰਨਾ ਇੱਕੋ ਲਹਿਰ ਬਣਾਵੇ ਕਿ ਵਾਦਤ ਦਾ ਦਰਿਆ ਜਿਸਲੇ ਵਡੇਰਾ ਦਰਿਆ ਜਿਸਲੇ ਤੁਸੀਂ ਕਦੀ ਇਤفاق ਹੋਇਆ ਜ਼ਿੰਦਗੀ 'ਚ ਅੱਲਾ ਨਾ ਕਰੇ ਐਸਾ ਹੋਵੇ ਲੇਕਿਨ ਸਲਾਬ ਆਇੰਦਾ ਬਾਜ਼ ਕਾ ਹੜ ਆ ਜਾਂਦਾ ਹੈ ਤੂੰ ਜਿਸਲੇ ਪਾਣੀ ਹੁੰਦਾ ਨਾ ਸਲਾਬ ਦਾ ਉਹ ਹੜ ਦਾ ਪਾਣੀ ਉਹ ਥੱਲੇ ਜਿੰਨੀਆਂ ਨਿਕਨੇ ਨਿਕੀ ਡਾਬਾਂ ਛਪੜੀਆਂ ਨਿਕਨੇ ਨਿਕੀ ਤਲਾਬ ਨਿਕਨੇ ਨਿਕੀ ਖੱਡੇ ਟੋਏ ਉਹਨਾਂ ਸਭ ਨੂੰ ਭਰਛੜ ਦਾ ਬਰਾਬਰ ਕਰਕੇ ਉੱਤੇ ਇਹ ਇੱਕੋ ਜਿਹਾ ਸਾਰ ਇਕਾੜਾ ਹੋ ਜਾਂਦਾ ਦਰਿਆ ਸੋ ਇਸੇ ਤਰ੍ਹਾਂ ਜਿਸ ਵੇ ਤੁਹਾਡੀ ਅੱਖਾਂ ਦੇ ਵਿੱਚ ਇਨ੍ਹਾਂ ਵਿੱਚ ਰੱਬ ਨਾਲ ਇਸ਼ਕ ਹੋਵੇਗਾ ਰੱਬ ਦੀ ਜ਼ਾਤ ਨਾਲ ਪਿਆਰ ਹੋਏਗਾ ਉਸ ਮਾਲਕ ਖਾਲਕ ਨਾਲ ਤੁਹਾਡਾ ਤੱਲਕ ਹੋਏਗਾ ਤੇ ਫਿਰ ਤੁਹਾਨੂੰ ਸਾਰੀ ਰੱਬ ਦੀ ਜੀ ਮਖਲੂਕ ਹੈ ਨਾ ਉਹ ਤੁਹਾਨੂੰ ਉਸ ਦਰਿਆ ਦੇ ਜੁਜ਼ਿਆਤ ਕਤਰਿਆਂ ਵਾਂਗਰ ਜਿਹੜੇ ਆਪਸ ਵਿੱਚ ਮਿਲ ਗਏ ਨੇ ਮਿਕਸ ਹੋ ਇਕ ਮਿਕ ਹੋ ਗਏ ਨੇ No differentiation ਡਾਬਾਂ ਵੱਖਰੀਆਂ ਬੰਨ ਢੰਨਾ ਇੱਕੋ ਲਹਿਰ ਬਣਾਵੇ ਡਾਬਾਂ ਵੱਖਰੀਆਂ ਬੰਨ ਢੰਨ ਸੋ ðiis are the different sort of the identities ਇਹ شناختਾ ਨੇ ਅਜੀ ਐ ਵਾ ਐ ਗੋਰਾ ਹੈ ਚਿੱਟਾ ਹੈ ਕਾਲਾ ਹੈ ਉੱਚਾ ਲੰਬਾ ਇਹ ਸੋਹਣਾ ਬਸੂਰਤ نو ਨਾਟ ਐਟ ਆਲ ਆ ਪ੍ਰਥਾਨ ਆ ਪੰਜਾਬੀ ਆ ਸਿੰਧੀ ਆ ਬਲੋਚੀ ਆ ਹਿੰਦੂ ਆ ਮੁਸਮਾਨ ਆ ਸਿੱਖ ਆ ਇਸਾਈ ਆ ਸ਼ਿਆ ਸੁਨੀ ਡਾਬਾ ਵਖਰੀਆਂ ਫਕੀਰ ਬਾਬੇ ਕਹਿੰਦੇ ਦੇ ਗੱਲ ਕਿ ਫਕੀਰ ਕਹਿੰਦੇ ਨੇ ਕਿ ਡਾਬਾ ਵਖਰੀਆਂ ਬਨਟਣਾ ਇੱਕੋ ਲਹਿਰ ਬਣਾਵੇ ਇੱਕ ਲਹਿਰ ਬਣ ਜਾਂਦੀ ਹੈ ਸਰਕਾਰ ਫਿਰ ਫਰਮਾਂਦੇ ਮੀਆਂ ਸਾਹਿਬ ਕਤਰਾ ਵੰਜ ਪਿਆ ਦਰਿਆਵੇ ਕਤਰਾ ਡ੍ਰੋਪਲੈਟਸ ਉਤੋਂ ਬਾਰਿਸ਼ ਦਾ ਕਤਰਾ ਆ ਰਿਹਾ ਉਹ ਕੱਲਾ ਹੈਗਾ ਕਤਰਾ ਉਤੋਂ ਕੱਲਾ ਥੱਲੇ ਆ ਰਿਹਾ ਲੇਕਿਨ جس ویلے ਆ ਕੇ ਉਹ دریا ਵਿੱਚ ਮਿਲਦਾ ਪਾਣੀ ਦਾ ਜਿਹੜਾ बहाव ਹੈ ਜਿਹੜਾ ਜਾ ਰਿਹਾ ਉਹਦੇ ਵਿੱਚ ਜਿਸ ਵੇਲੇ ਆ ਕੇ ਕਤਰਾ ਮਿਲਦਾ ਹੈ ਸ਼ਾਮਿਲ ਹੁੰਦਾ ਹੈ ਉਹ ਜਿਹੜੀ ਆਪਣੀ ਇੰਡੀਵਿਜੂਅਲ ਆਈਡੈਂਟੀਟੀ ਹੈ ਉਹ ਵਿੱਚੋਂ ਮਾਈਨਸ ਹੋ ਜਾਂਦੀ ਹੈ ਜਿਹੜੀ ਜੁਜ਼ ਕਹਿੰਦੇ ਅਸੀਂ ਸੋ ਇਹ ਜਿਹੜਾ ਸਫਰ ਹੈ ਇਨਸਾਨ ਦਾ بیسیکਲੀ ਇਹ ਸਫਰ ਤੇ ਇੰਜ ਹੀ ਹੈ ਕਿ ਕੁਲ ਤੋਂ ਜੁਜ਼ ਵਾਲੇ ਪਾਸੇ ماں ਦੇ ਪੇੜ ਵਿੱਚ ਉਹ ਇੱਕ ਜੁਜ਼ਬ ਬਣ ਕੇ ਬਾਹਰ ਆਉਂਦਾ ਔਰ ਕੁੱਲ ਚੋਂਦਾ ਔਰ ਕੁੱਲ ਵਿੱਚੋਂ ਲੈ ਕੇ ਜੁਜਵਲ ਜਾਣਾ ਔਰ ਜੁਜ ਦੇ ਬਾਅਦ ਫਿਰ ਦੁਬਾਰਾ ਫਿਰ ਕੁੱਲਾ ਮਿਲਣਾ ਜਾ ਕੇ ਕੁੱਲ ਮਰਾਜ਼ਿਆ ਕਿ ਜ਼ਿੰਦਗੀ گزار ਕੇ ਅਸੀਂ ਬੁੱਲੇ ਸ਼ਾਹ ਦੀ ਕਾਫੀ ਅਸੀਂ ਆਪਣੇ ਇੱਕ ਲੈਕਚਰ ਟਾਕ ਵਿੱਚ ਦਿੱਤੀ ਸੀ ਗੱਲਬਾਤ ਕੀਤੀ ਸੀ ਕਿ ਮਾਟੀ ਕਦਮ ਕਰੇਂਦੀ ਯਾਰ ਕਿ ਮਿੱਟੀ ਜਿਹੜੀ ਹੈਗੀ ਆ ਉਹ ਸ਼ਕਲਾਂ ਬਣਾ ਰਹੀ ਹੈ ਮੁਤਲਫ ਬਾਅਦ ਚੋਂ ਮਿੱਟੀ ਫਿਰ ਦੁਬਾਰਾ ਮਿੱਟੀ ਪਤਾ ਨਹੀਂ ਇਹ ਸ਼ੇਰ ਅਦਰਤ ਭਗਤ ਕਬੀਰ ਸਰਕਾਰ ਦਾ ਹੈ ਮੱਟੀ ਕਹੇ ਕੁਮਾਰ ਕੋ ਤੂੰ ਕਿਆ ਰੋਂਦੇ ਮੋਹੇ ਇੱਕ ਦਿਨ ਆਵੇ ਐਸਾ ਮੈਂ ਰੋਂਦੂ ਤੋਹੇ ਕਿ ਇੱਕ ਦਿਨ ਆਏਗਾ ਮੈਂ ਤੈਨੂੰ ਮੈਂ ਫਿਰ ਆਕੇ ਤੈਨੂੰ ਗੁਨਾਗੀ ਤੂੰ ਮੈਨੂੰ ਗੁਨੋ ਨਾ ਅੱਜ ਹੈ ਉਹ ਕੁਮਾਰਾ ਮੇਰਾ ਤਾਂ ਪਿਆਲਾ ਬੜਾ ਰਿਹਾ ਗਲਾਸ ਬੜਾ ਰਿਹਾ ਪਿੰਸ ਬੜਾ ਰਿਹਾ ਤੂੰ ਮੈਨੂੰ ਗੁਨ ਦੈ ਦੇ ਵਿਲ ਕਮ ਫਿਰ ਜਦੋਂ ਤੂੰ ਮੈਂ ਤੈਨੂੰ ਗੁਨਾਗੀ ਹੈ ਮੱਟੀ ਕਹੇ ਕੁਮਾਰ ਕੋ ਤੂੰ ਕਿਆ ਰੋਂਦੇ ਮੋਹੇ ਤੂੰ ਮੈਨੂੰ ਕੀ ਰੋਂਣਾ ਹੈ ਫਰੀਦਾ ਇਸੇ ਸਬਸੇ ਬਾਬਾ ਜੀ ਫਰੀਦ ਨੇ ਵੀ ਕਿਹਾ ਹੈ ਕਿ ਫਰੀਦਾ ਹਾਕ ਨਾ ਦਿੰਦੀ ਏ ਹਾਕੋ ਜੈੜ ਨਾ ਕੋ ਜਿਉਂਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋ ਜਦ ਬੰਦਾ ਮਰ ਜਾਂਦਾ ਉੱਤੇ ਆ ਜਾਂਦੀ ਮਿੱਟੀ ਜਿਉਂਦਿਆਂ ਇਹਨੂੰ ਬੁਰਾ ਨਾ ਕਹੋ ਹਾਕ ਨੂੰ ਪੜਾ ਨਾ ਕਹੋ ਹਾਕ ਨੂੰ ਥੱਲੇ ਬੈਠਣਾ ਜ਼ਮੀਨ ਦੇ ਉੱਤੇ ਬੈਠਣਾ ਇਹ ਤਾਂ ਬੜਾ ਆਸਾਨ ਕੰਮ ਹੈਗਾ ਜ਼ਮੀਨ ਦੇ ਥੱਲੇ ਬੜੇ-ਬੜੇ ਕਲੀਨ ਵਿਛਾ ਕੇ ਉਹਦੇ ਤੇ ਚੱਲਣਾ ਇਹ ਸ਼ਾਨ ਸੋ ਕਾਲਡ ਸਿਸਟਮ ਦੀ ਜਿਹੜੀਆਂ ਐ ਸਾਰੀਆਂ ਨਿਜ਼ਾਮ ਦੀ ਜਿਹੜੀਆਂ ਐ ਕਹਿ ਲਓ ਸੀ ਕਿਸਮ ਦੀਆਂ ਦਿਖਾਵੇ ਨਮਾਸ਼ਾ ਜ਼ਿਵਾਸ਼ਾ ਇਹ ਜ਼ਬਾਸ਼ਾਂ ਜਿਹੜੀਆਂ ਸਾਰੀਆਂ ਨੇ ਇਹ ਜਾਲੀ ਨੇ ਇਹ ਆਰਟੀਫੀਸ਼ੀਅਲ ਨੇ ਇਹ ਰੱਬ ਨਾਲ ਬੰਦੇ ਨੂੰ ਜੁੜ ਨਹੀਂ ਦਿੰਦੀਆਂ ਬੰਦਾ ਫਿਰ ਇਹਨਾਂ ਮੋਜਾਂ 'ਚ ਰਹਿੰਦਾ ਠੀਕ ਹੈ ਇਸੇ ਵਾਸਤੇ ਫਕੀਰ ਦੀ ਝੁੱਗੀ ਜਾਓ ਥੱਲੇ ਇੱਕ ਛੋਟੀ ਜਿਹੀ ਆਪ ਚੜਾਈ ਪਈ ਹੁੰਦੀ ਹੈ ਪਾਣੀ ਦਾ ਘੜਾ ਹੁੰਦਾ ਹੈ ਪਿਆਲਾ ਹੁੰਦਾ ਸੋ ਥੋੜੀਆਂ ਖਾਸ਼ਾ ਲਿਮਟਿਡ ਡਿਜ਼ਾਇਰਸ ਮਸਟ ਬੀ ਸਮਾਲ ਐਂਡ ਅ ਫਿਊ ਨਾਟ ਮਨੀ ਕਰਨਾ ਕੀ ਹੁੰਦਾ ਕਿ ਜਿਸ ਨੂੰ ਜਾਣਦਾ ਬੰਦਾ ਦੁਨੀਆਂ ਚੋਂ ਬਕੌਲ ਮੀਆਂ ਸਾਹਿਬ ਦੇ ਇਹ ਦੁਨੀਆਂ ਨਾਲ ਨਾ ਗਈ ਕਿਸੇ ਦੇ ਟੁੱਟ ਗਏ ਅਕਲਲੇ ਉਹ ਭਲੇ ਜਿੰਨਾ ਛੰਡ ਰੱਖੇ ਇਸ ਢੂੜੋਂ ਹੱਥ ਪੱਲੇ ਉਹ ਲੋਕ ਬਹੁਤ ਚੰਗੇ ਨੇ ਜਿੰਨਾ ਇਸ ਢੂੜ ਤੋਂ ਹੱਥ ਪੱਲੇ ਛਾੜੇ ਦੇ ਇਹ ਢੂੜ ਹੀ ਹੈਗੀ ਹੈ ਨਾ ਮਿੱਟੀ ਦੀ ਮਾਟੀ ਕਦਮ ਕਰੇਂਦੀ ਯਾਰ ਮਾਟੀ ਜੋੜਾ ਮਾਟੀ ਗੋੜਾ ਮਾਟੀ ਦਾ ਸਵਾ ਸੋ ਸਰਕਾਰ ਮੀਆਂ ਸਾਹਿਬ ਫਰਮਾਉਂਦੇ ਨੇ ਕਿ ਕਤਰਾ ਵੰਜ ਪਿਆ ਦਰਿਆਵੇ ਤੇ ਫੇਰ ਉਹ ਕੌਣ ਕਹਾਵੇ ਉਨੂੰ ਸਿੱਕੀ ਕਵਾਂਗੇ ਜਿਸ ਤੇ ਆਪਣਾ ਆਪ ਗਵਾਵੇ ਆਪ ਉਹ ਬਣ ਜਾਵੇ ਜਿਹਦੇ ਤੇ ਆਪਣਾ ਆਪ ਗਵਾ ਰਿਹਾ ਆਪਣਾ ਆਪ ਗੁਮਾ ਰਿਹਾ ਉਹਦੇ ਚ ਪਾਣੀ ਵਿੱਚ ਆਪਣੇ ਆਪ ਨੂੰ ਲੈ ਕੇ ਜਾ ਰਿਹਾ ਕਤਰੇ ਜਿਹੜੀ ਇੰਡੀਵਿਜੁਐਲਟੀ ਜਿਹੜੀ ਹੈ ਜਾਂ ਉਹਦਾ ਇੰਡੀਵਿਜੂਅਲ ਜੁਦਪੰਦ ਹੈ ਜੁਸਵੀ ਪੰਦ ਹੈਗਾ ਜਾਂ ਫਰਦ ਹੈ ਇਨਫਰਾਦੀ ਉਹਨੂੰ ਖਤਮ ਕਰਕੇ ਉਹ ਜਾ ਕੇ ਉਸ ਦਰਿਆ ਦੇ ਵਿੱਚ ਮਰਜ ਹੋ ਰਿਹਾ ਹੈ ਉਹਦੇ ਬਾਅਦ ਫਿਰ ਉਹਦਾ ਹਿੱਸਾ ਬਣ ਜਾਂਦਾ ਹੈ ਇਸੇ ਨੂੰ ਕਿਹਾ ਗਿਆ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਸਦੋ ਨੀ ਮੈਨੂੰ ਤੀਦੋ ਰਾਂਝਾ ਹੀ ਨਾਖੇ ਕੋਈ ਤੇ ਰਾਂਝੇ ਮੀਆਂ ਸਾਹਿਬ ਫਰਮਾਉਂਦੇ ਰਾਂਝੇ ਵਿੱਚ ਸਮਾ محمد ਛੁੱਟੀ ਹੀਰ ਜੰਜਾਲੋ ਸੋ ਰੱਬ ਤੇ ਸੋਡਿਓ ਰੱਬ ਨਾਲ ਪਿਆਰ ਕਰੋ ਰੱਬ ਦੀ مخلوਕ ਨਾਲ ਪਿਆਰ ਕਰੋ ਕਿਸੇ ਨੂੰ ਚੀਂਡ ਨਾ ਕਰੋ ਕਿਸੇ ਨੂੰ ਧੋਖਾ ਨਾ ਦਿਓ ਇਹ ਸਾਰਾ ਕੁਝ ਇੱਥੇ ਧਰਿਆ ਰਹਿ ਜਾਂਦਾ ਹੈ ਲੇਕਿਨ ਇਨਸਾਨ ਦੇ ਜਿਹੜੇ ਆਮਾਲ ਨੇ ਜੋ ਇਨਸਾਨ ਨੇ ਕੀਤਾ ਕਿਤਾੰਦਾ ਉਹ ਨਾਲ ਜਾਂਦਾ ਹੈ ਉਹਦੇ ਦਾ ਬੰਦਾ ਬਗਾਇਦਾ ਸੰਤ ਮਿਹਰਬਾਨ